ਜਦੋਂ ਇਹ ਮੁੱਖ ਮੰਤਰੀ ਭਗਵੰਤ ਮਹਾਰਾਜਾ ਸ਼ਾਰਪੁਰ ਤੇ ਜੀ ਫਤੇਗੜ ਸਾਹਿਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜੀਆਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਜੀ ਨਜ਼ਰ ਆਣਗੇ ਤਾਂ ਸੀਐਮ ਦੇ ਵੱਲੋਂ ਚੋਣ ਮੁਹਿੰਮ ਜਿਹੜੀ ਪਖਾ ਦਿੱਤੀ ਗਈ ਆ ਫਗਵਾੜਾ ਵਿਖੇ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੋਅ ਹੋਵੇਗਾ ਰੋਡ ਸ਼ੋਅ ਜਿਹੜਾ ਹੋਵੇਗਾ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਲਈ ਇੱਥੇ ਵੋਟਾਂ ਦੀ ਅਪੀਲ ਕਰਦੇ ਸੀਐਮ ਭਗਵੰਤ ਮਾਨ ਨਜ਼ਰ ਆਣਗੇ ਤਾਂ ਸੀਮਨ ਸਾਨੇ ਵਾਲਾ ਦੇ ਲਈ ਵੀ ਇੱਥੇ ਗੁਰਪ੍ਰੀਤ ਸਿੰਘ ਜੀਪੀ ਦੇ ਲਈ ਵੀ ਵੋਟਾਂ ਮੰਗਦੇ ਵੇ ਨਜ਼ਰ ਆਣਗੇ ਫਗਵਾੜਾ ਵਿਖੇ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਜਿਹੜਾ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਣਗੇ ਤਾਂ ਸਾਨੇ ਵਾਲਾ ਛਵੀ ਅੱਜ ਰੋਡ ਸ਼ੋਅ ਜਿਹੜਾ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਤੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਲਈ ਵੀ ਵੋਟਾਂ ਮੰਗਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਣਗੇ ਤਾਂ ਲਗਾਤਾਰ ਮਾਝਾ ਮਾਲਵਾ ਆਦ ਵਿੱਚ ਜਿਹੜਾ ਚੋਣ ਮੁਹਿੰਮ ਮੁੱਖ ਦੀ ਭਗਵੰਤ ਮਾਨ ਨੇ ਪਖਾ ਦਿੱਤੀ ਹੈ ਤਾਂ ਅੱਜ ਅਸ਼ਰਫ ਫਤਿਹਗੜ੍ਹ ਸਾਹਿਬ ਤਹਿਸ਼ਾਰਪੁਰ ਦੇ ਵਿੱਚ ਇੱਥੇ ਅਜ ਚੋਣ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਜਾਵੇਗਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਮੰਗਦੇ ਲੋਕਾਂ ਦੇ ਮੁਖਾਤਿਬ ਹੁੰਦੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਣਗੇ